ਦੋਸਤੋ ਹੁਣ ਆਪਾਂ ਗੱਲਬਾਤ ਕਰਨੀ ਹੈ ਟੌਪ 25 ਕਾਰਾਂ ਜਿਹੜੀਆਂ ਮਾਰਚ 2024 ਦੇ ਵਿੱਚ ਸੇਲ ਹੋਈਆਂ ਨੇ ਇਹ 25 ਕਾਰਾਂ ਦੀ ਲਿਸਟ ਜਿਹੜੀ ਹੈ ਇਹ ਕਾਫੀ ਜ਼ਿਆਦਾ ਹੈਰਾਨ ਕਰੇਗੀ ਕਿਉਂਕਿ ਇਸ ਵਿੱਚ ਪਹਿਲੇ ਨੰਬਰ ਤੇ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਗੱਡੀ ਜਿਹੜੀ ਉਹ ਆ ਗਈ ਹੈ ਜਦੀ ਆਸ ਨਹੀਂ ਕੀਤੀ ਜਾ ਸਕਦੀ ਸੋ ਸ਼ੁਰੂ ਕਰਦੇ ਹਾਂ 25ਵੇਂ ਨੰਬਰ ਤੋਂ 25ਵੇਂ ਨੰਬਰ ਤੇ ਜੀ ਹਾਈ ਰਾਈਡਰ ਟੋਇਟਾ ਹਾਈ ਰਾਈਡਰ ਜਿਹਦੀ ਸੇਲ ਹੋਈ ਹੈ ਜੀ 5965 ਗੱਡੀਆਂ ਟੋਟਲ ਆਲ ਇੰਡੀਆ ਦੇ ਵਿੱਚ ਮਾਰਚ 2024 ਚ ਸੇਲ ਹੋਈਆਂ ਨੇ ਨਾਲ ਦੀ ਨਾਲ ਮੈਂ ਤੁਹਾਨੂੰ ਰੇਟ ਵੀ ਦੱਸੀ ਜਾਊਂਗਾ ਜਿਹਦੇ ਨਾਲ ਤੁਸੀਂ ਗੱਡੀ ਪਰਚੇਸ ਕਰਨੀ ਹੈ ਤੇ ਤੁਹਾਨੂੰ ਹੋਰ ਸੌਖ ਹੋ ਜੂਗੀ 11 ਲੱਖ 14000 ਤੋਂ ਲੈ ਕੇ 20 ਲੱਖ 19000 ਰੁਪਏ ਤੱਕ ਹਾਈ ਰਾਈਡਰ ਮਿਲ ਜਾਂਦੀ ਹੈ ਇਹਦੇ ਟੌਪ ਵੇਰੀਐਂਟ ਜਿਹੜੇ ਆ ਉਹ ਸਟਰੋਂਗ ਹਾਈਬ੍ਰਿਡ ਦੇ ਨਾਲ ਆਉਂਦੇ ਆ ਜਿਹਦੇ ਵਿੱਚ 26 27 ਦੀ ਐਵਰੇਜ ਤੁਹਾਨੂੰ ਮਿਲ ਜੇਗੀ 24ਵੇਂ ਨੰਬਰ ਤੇ ਜੀ ਟਾਟਾ ਦੀ ਅਲਟਰੋਜ਼ ਅਲਟਰੋਸ ਇਦਾਂ ਦੀ ਗੱਡੀ ਹੈ ਜਿਹੜੀ ਤੁਹਾਨੂੰ ਪੈਟਰੋਲ 'ਚ ਵੀ ਮਿਲ ਜਾਊਗੀ ਡੀਜ਼ਲ ਦੇ ਵਿੱਚ ਵੀ ਮਿਲ ਜਾਊਗੀ ਸੀਐਨਜੀ ਦੇ ਵਿੱਚ ਵੀ ਮਿਲ ਜਾਊਗੀ ਕਾਫੀ ਜ਼ਿਆਦਾ ਵਧੀਆ ਸੇਲ ਹੁੰਦੀ ਆ ਇਹ ਇੱਕੋ ਇੱਕ ਗੱਡੀ ਰਹੀ ਹੈ ਜਿਹੜੀ ਕਾਫੀ ਆਪਸ਼ਨਾਂ ਦੇ ਵਿੱਚ ਹੈਗੀ ਆ ਹੈਚਬੈਕ ਸੈਗਮੈਂਟ ਦੇ ਵਿੱਚ 5985 ਗੱਡੀਆਂ ਕੁੱਲ ਸੇਲ ਹੋਈਆਂ 665000 ਤੋਂ ਲੈ ਕੇ 1080000 ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 23ਵੇਂ ਨੰਬਰ ਤੇ ਜੀ ਥਾਰ ਥਾਰ ਸੇਲ ਹੋਈਆਂ ਜੀ 6050 ਗੱਡੀਆਂ ਆਲ ਇੰਡੀਆ ਦੇ ਵਿੱਚ ਮਾਰਚ 2024 ਦੇ ਵਿੱਚ 1125000 ਤੋਂ ਲੈ ਕੇ 17 ਲੱਖ 60 ਹਜ਼ਾਰ ਰੁਪਏ ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ ਦੋਸਤੋ ਥਾਰ ਦਾ ਰੇਟ ਪਿਛਲੇ 1 ਸਾਲ ਦੇ ਵਿੱਚ ਸਵਾ ਲੱਖ ਤੋਂ ਲੈ ਕੇ 175000 ਰੁਪਏ ਤੱਕ ਇਹਨਾਂ ਨੇ ਪਹਿਲੇ ਦੋ ਵੇਰੀਐਂਟਾਂ ਦਾ ਰੇਟ ਹੀ ਵਧਾ ਦਿੱਤਾ ਜਿਨ੍ਹਾਂ ਦੀ ਸੇਲ ਵੱਧ ਹੁੰਦੀ ਸੀ ਸੋ ਮਹਿੰਦਰਾ ਨੂੰ ਥਾਰ ਬਹੁਤ ਵੱਡਾ ਫਾਇਦਾ ਵਿਚਾਰੀ ਦਿਨ-ਬਦਨ ਰੇਟ ਇਹਦਾ ਚੱਕੀ ਜਾਂਦੇ ਆ ਕਿਉਂਕਿ ਇਹਦੀ ਡਿਮਾਂਡ ਜਿਆਦਾ ਹੈ ਨੰਬਰਾਂ ਦੇ ਵਿੱਚ ਸੇਲ ਤੇ ਘਟਾ ਪਰ ਇਹਨਾਂ ਨੂੰ ਜਿਨੇ ਥਾਰ ਖਰੀਦਣੀ ਆ ਉਹਨੇ ਸਿਰਫ ਥਾਰ ਹੀ ਖਰੀਦਣੀ ਆ ਸੋ 22ਵੇਂ ਨੰਬਰ ਤੇ ਜੀ ਟਾਟਾ ਟਿਆਗੋ 6381 ਗੱਡੀਆਂ ਕੁੱਲ ਸੇਲ ਹੋਈਆਂ 5 ਲੱਖ 65 ਹਜ਼ਾਰ ਤੋਂ ਲੈ ਕੇ 8 ਲੱਖ 90 ਹਜ਼ਾਰ ਰੁਪਏ ਤੱਕ ਟਿਆਗੋ ਮਿਲ ਜਾਂਦੀ ਹੈ ਪੈਟਰੋਲ ਸੀਐਨਜੀ ਔਰ ਈਵੀ ਤਿੰਨਾਂ ਦੇ ਵਿੱਚ ਮਿਲਦੀ ਹੈ ਜੇ ਈਵੀ ਖਰੀਦਣੀ ਹੈ 8 ਲੱਖ ਤੋਂ ਲੈ ਕੇ 11 ਲੱਖ 90 ਹਜ਼ਾਰ ਤੱਕ ਮਿਲ ਜੂਗੀ ਟਿਆਗੋ ਈਵੀ ਤੇ ਡਿਸਕਾਊਂਟ ਵਧੀਆ ਮਿਲ ਜਾਂਦਾ ਹੈ ਈਵੀ ਖਰੀਦਣਾ ਚਾਹੁੰਦੇ ਹੋ ਤਾਂ ਘੱਟ ਪੈਸਿਆਂ ਦੇ ਵਿੱਚ ਵਧੀਆ ਈਵੀ ਮਿਲ ਜਾਂਦੀ ਹੈ 21ਵੇਂ ਨੰਬਰ ਤੇ ਜੀ ਐਕਸਯੂਵੀ 7W0 6611 ਗੱਡੀਆਂ ਕੁੱਲ ਸੇਲ ਹੋਈਆਂ ਆਲ ਇੰਡੀਆ ਦੇ ਵਿੱਚ 14 ਲੱਖ ਤੋਂ ਲੈ ਕੇ 27 ਲੱਖ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 7 ڈਬਲਿਊ ਪੈਟਰੋਲ ਔਰ ਡੀਜ਼ਲ ਦੇ ਵਿੱਚ ਅਵੇਲੇਬਲ ਆ 20ਵੇਂ ਨੰਬਰ ਤੇ ਜੀ ਕੀਆ ਸੈਲਟੋਸ 7912 ਗੱਡੀਆਂ ਸੇਲ ਹੋਈਆਂ 10 ਲੱਖ 90 ਹਜ਼ਾਰ ਤੋਂ ਲੈ ਕੇ 20 ਲੱਖ 35 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 19ਵੇਂ ਨੰਬਰ ਤੇ ਜੀ ਹੁੰਡਾਈ ਦੀ ਐਕਸਟਰ 8475 ਗੱਡੀਆਂ ਟੋਟਲ ਸੇਲ ਹੋਈਆਂ 6 ਲੱਖ 13 ਹਜ਼ਾਰ ਤੋਂ ਲੈ ਕੇ 10 ਲੱਖ 28 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 18ਵੇਂ ਨੰਬਰ ਤੇ ਜੀ ਕਿਆ ਸੋਨਟ 8750 ਗੱਡੀਆਂ ਸੇਲ ਹੋਈਆਂ 8 ਲੱਖ ਤੋਂ ਲੈ ਕੇ 1575000 ਰੁਪਏ ਤੱਕ ਸੋਨਟ ਮਿਲ ਜਾਂਦੀ ਹੈ ਪੈਟਰੋਲ ਡੀਜ਼ਲ ਦੇ ਵਿੱਚ अवेलेबल 17ਵੇਂ ਨੰਬਰ ਤੇ ਜੀ अल्टੋ 9332 ਗੱਡੀਆਂ ਸੇਲ ਹੋਈਆਂ ਤੇ 4 ਲੱਖ ਤੋਂ ਲੈ ਕੇ 6 ਲੱਖ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 16ਵੇਂ ਨੰਬਰ ਤੇ ਜੀ ਹੁੰਡਾਈ ਵੈਨਿਊ 9614 ਗੱਡੀਆਂ ਕੁੱਲ ਸੇਲ ਹੋਈਆਂ 794000 ਤੋਂ ਲੈ ਕੇ 1348000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 15ਵੇਂ ਨੰਬਰ ਤੇ ਜੀ ਇਨੋਵਾ ਇਨੋਵਾ ਹਾਈ ਕ੍ਰੋਸ 9900 ਗੱਡੀਆਂ ਟੋਟਲ ਸੇਲ ਹੋਈਆਂ 19,99,000 ਤੋਂ ਲੈ ਕੇ 23,60,000 ਰੁਪਏ ਤੱਕ ਕਰਸਟਾ ਮਿਲ ਜਾਂਦੀ ਹੈ ਹਾਈ ਕ੍ਰੋਸ ਲੈਂਦੇ ਹੋ ਤਾਂ 19,70,000 ਤੋਂ ਲੈ ਕੇ 30,98,000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਹਾਈ ਕ੍ਰੋਸ ਹਾਈਬ੍ਰਿਡ ਦੇ ਵਿੱਚ 14ਵੇਂ ਨੰਬਰ ਤੇ ਜੀ ਬਲੈਰੋ ਬਲੈਰੋ ਨਿਓ 10347 ਗੱਡੀਆਂ ਕੁੱਲ ਸੇਲ ਹੋਈਆਂ ਮਾਰਚ 2024 ਦੇ ਵਿੱਚ 9,90,000 ਤੋਂ ਲੈ ਕੇ 10,91,000 ਤੱਕ ਬਲੈਰੋ ਕਲਾਸਿਕ ਮਿਲ ਜਾਂਦੀ ਹੈ ਨਿਓ ਲੈਣੀ ਹੈ ਤਾਂ 9,90,000 ਤੋਂ ਲੈ ਕੇ 12,16,000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ। 13ਵੇਂ ਨੰਬਰ ਤੇ ਜੀ ਮਰੂਤੀ ਸਯੋਕੀ ਦੀ ਗ੍ਰੈਂਡ ਵਿਟਾਰਾ 11,232 ਗੱਡੀਆਂ ਕੁੱਲ ਸੇਲ ਹੋਈਆਂ 10,76,000 ਤੋਂ ਲੈ ਕੇ 19,97,000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ। ਗ੍ਰੈਂਡ ਵਿਟਾਰਾ ਦੇ ਟੌਪ ਮਾਡਲ ਦੇ ਵਿੱਚ ਸਟਰੋਂਗ ਹਾਈਬ੍ਰਿਡ ਮਿਲ ਜਾਂਦਾ। 12ਵੇਂ ਨੰਬਰ ਤੇ ਜੀ ਇਕੋ 12,019 ਗੱਡੀਆਂ ਟੋਟਲ ਸੇਲ ਹੋਈਆਂ 5,32,000 ਤੋਂ ਲੈ ਕੇ 6,58,000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ मिल ਜਾਂਦੀ ਹੈ 11ਵੇਂ ਨੰਬਰ ਤੇ ਜੀ ਫਰਾਂਕਸ ਫਰਾਂਕਸ ਦੀ ਸੇਲ ਬਹੁਤ ਵਧੀਆ ਹੁੰਦੀ ਹੈ 12531 ਗੱਡੀਆਂ ਸੇਲ ਹੋਈਆਂ ਪੈਟਰੋਲ ਸੀएनजी ਦੇ ਵਿੱਚ ਅਵੇਲੇਬਲ ਹੈ 755000 ਤੋਂ ਲੈ ਕੇ 1300000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 10ਵੇਂ ਨੰਬਰ ਤੇ ਜੀ ਟਾਟਾ ਨੈਕਸਨ ਨੈਕਸਨ ਦੀ ਸੇਲ ਥੋੜੀ ਜਿਹੀ ਘਟੀ ਹੈ ਇਸ ਮਹੀਨੇ ਮਾਰਚ 2024 ਦੇ ਵਿੱਚ 14058 ਗੱਡੀਆਂ ਕੁੱਲ ਸੇਲ ਹੋਈਆਂ ਨੈਕਸਨ ਪੈਟਰੋਲ ਡੀਜ਼ਲ ਈਵੀ ਤੇ ਸੀएनजी ਦੇ ਵਿੱਚ ਆਉਣ ਵਾਲੀ ਹੈ 8 ਲੱਖ 15 ਹਜ਼ਾਰ ਤੋਂ ਲੈ ਕੇ 15 ਲੱਖ 80 ਹਜ਼ਾਰ ਰੁਪਏ ਤੱਕ 1 ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 9ਵੇਂ ਨੰਬਰ ਤੇ ਜੀ ਬਰੀਜ਼ਾ 14614 ਗੱਡੀਆਂ ਕੁੱਲ ਸੇਲ ਹੋਈਆਂ 8 ਲੱਖ 34 ਹਜ਼ਾਰ ਤੋਂ ਲੈ ਕੇ 14 ਲੱਖ 14 ਹਜ਼ਾਰ ਰੁਪਏ ਤੱਕ 1 ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 8ਵੇਂ ਨੰਬਰ ਤੇ ਜੀ ਆਰਟਿਕਾ 14888 ਗੱਡੀਆਂ ਟੋਟਲ ਸੇਲ ਹੋਈਆਂ 8 ਲੱਖ 70 ਹਜ਼ਾਰ ਤੋਂ ਲੈ ਕੇ 13 ਲੱਖ 13 ਹਜ਼ਾਰ ਰੁਪਏ ਤੱਕ 1 ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 7ਵੇਂ ਨੰਬਰ ਤੇ ਜੀ ਸਕੋਰਪੀਓ ਕਲਾਸਿਕ ਸਕੋਰਪੀਓ ਐਨ ਦੋਨਾਂ ਦੀ ਸੇਲ ਮਿਲਾ ਕੇ 15151 ਗੱਡੀਆਂ ਟੋਟਲ ਸੇਲ ਹੋਈਆਂ 13,60,000 ਤੋਂ ਲੈ ਕੇ 17,35,000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਕਲਾਸਿਕ ਐਨ ਲੈਣੀ ਆ 13,60,000 ਤੋਂ ਲੈ ਕੇ 24,54,000 ਰੁਪਏ ਤੱਕ ਮਿਲ ਜਾਂਦੀ ਹੈ ਸਕੋਰਪੀਓ ਐਨ ਪੈਟਰੋਲ ਔਰ ਡੀਜ਼ਲ ਦੋਨਾਂ ਦੇ ਵਿੱਚ ਮਿਲਦੀ ਹੈ 6ਵੇਂ ਨੰਬਰ ਤੇ ਜੀ ਬਲੇਨੋ 15,588 ਗੱਡੀਆਂ ਕੁੱਲ ਸੇਲ ਹੋਈਆਂ 6,66,000 ਤੋਂ ਲੈ ਕੇ 9,88,000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਪੰਜਵੇਂ ਨੰਬਰ ਤੇ ਜੀ ਸਵਿਫਟ 15,728 ਗੱਡੀਆਂ ਟੋਟਲ ਸੇਲ ਹੋਈਆਂ 6 ਲੱਖ ਤੋਂ ਲੈ ਕੇ 9,30,000 ਰੁਪਏ ਤੱਕ ਐਕਸ-ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਟਾਪ ਵੇਰੀਐਂਟ ਦੋਸਤੋ Swift 5ਵੇਂ ਨੰਬਰ ਤੇ ਤਾਂ ਆਈ ਹੈ ਕਿਉਂਕਿ ਕੁਝ ਕੁ ਗੱਡੀਆਂ ਨੇ Swift ਦਾ ਵੀ ਜੀਣਾ ਹਰਾਮ ਕਰ ਦਿੱਤਾ ਔਰ ਪਹਿਲੇ ਨੰਬਰ ਤੇ ਜਦੋਂ ਆਪਾਂ ਜਾਵਾਂਗੇ ਤੁਹਾਨੂੰ ਪਤਾ ਲੱਗ ਜਾਏਗਾ ਚੌਥੇ ਨੰਬਰ ਤੇ ਜੀ Desire 15,894 ਗੱਡੀਆਂ ਸੇਲ ਹੋਈਆਂ 6,55,000 ਤੋਂ ਲੈ ਕੇ 9,40,000 ਰੁਪਏ ਤੱਕ ਐਕਸ-ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਤੀਸਰੇ ਨੰਬਰ ਤੇ WagonR 16,368 ਗੱਡੀਆਂ ਸੇਲ ਹੋਈਆਂ ਤੇ 554000 ਤੋਂ ਲੈ ਕੇ 738000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਦੂਸਰੇ ਨੰਬਰ ਤੇ ਜੀ ਕ੍ਰੇਟਾ ਕ੍ਰੇਟਾ ਦੀ ਸੇਲ ਬਹੁਤ ਜ਼ਿਆਦਾ ਹੋਈ ਹੈ ਕ੍ਰੇਟਾ ਨੇ ਰਿਕਾਰਡ ਤੋੜਿਆ ਐ ਐਸਯੂਵੀ ਚ ਤੇ ਚਲੋ ਪਹਿਲੇ ਦੂਜੇ ਨੰਬਰ ਤੇ ਆ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਪਰ ਟੌਪ 25 ਕਾਰਾਂ ਦੇ ਵਿੱਚ ਦੂਜੇ ਨੰਬਰ ਤੇ ਆਉਣਾ ਬਹੁਤ ਵੱਡੀ ਗੱਲ ਆ ਕ੍ਰੇਟਾ ਸੇਲ ਹੋਈਆਂ ਜੀ 16458 ਗੱਡੀਆਂ 올 ਇੰਡੀਆ ਦੇ ਵਿੱਚ ਮਾਰਚ 2024 ਦੇ ਵਿੱਚ 11 ਲੱਖ ਤੋਂ ਲੈ ਕੇ 20 ਲੱਖ 15000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਹਾਲਾਂਕਿ ਕ੍ਰੇਟਾ ਦਾ ਰੇਟ ਇਹਨਾਂ ਬਹੁਤ ਜ਼ਿਆਦਾ ਚੱਕਦਾ ਛੋਟੀ ਜੀ ਗੱਡੀ ਦਾ ਇੰਨਾ ਪ੍ਰਾਈਸ ਹੋਣਾ ਕੋਈ ਬਹੁਤੀ ਚੰਗੀ ਗੱਲ ਹੈ ਨਹੀਂਗੀ ਫਿਰ ਵੀ ਲੋਕਾਂ ਨੂੰ ਬੜੀ ਪਸੰਦ ਆਈ ਹੈ ਔਰ ਪਹਿਲੇ ਨੰਬਰ ਤੇ ਹੈ ਦੋਸਤੋ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣੀ ਹੈ ਜੀ ਜਿਨੇ 17547 ਗੱਡੀਆਂ ਸੇਲ ਹੋਈਆਂ ਆਲ ਇੰਡੀਆ ਦੇ ਵਿੱਚ ਮਾਰਚ 2024 ਦੇ ਵਿੱਚ ਟਾਟਾ ਦੀ ਪੰਜ ਬਹੁਤ ਤਗੜੇ ਰਿਕਾਰਡ ਤੋੜੇ ਆ ਇੰਨੀ ਸੇਲ ਜਿਹੜੀ ਐ ਅਮਰੂਤੀ ਸੁਕੀ ਦੀ ਕਾਰਾਂ ਜਿਹੜੀਆਂ ਬਹੁਤ ਜ਼ਿਆਦਾ ਫੇਮਸ ਨੇ ਜਿੱਦਾਂ ਬਲੇਨੋ ਲਾ ਲਓ ਸਵਿਫਟ ਲਾ ਲਓ ਉਹਨਾਂ ਦੀ ਸੇਲ ਇੰਨੀ ਹੁੰਦੀ ਰਹੀ ਐ ਆਲਟੋ ਦੀ ਸੇਲ ਕਦੇ ਇੰਨੀ ਹੁੰਦੀ ਰਹੀ ਐ ਅੱਜ ਪੰਜ ਦੀ ਸੇਲ ਬਹੁਤ ਜ਼ਿਆਦਾ ਹੋ ਗਈ ਹੈ 6,13,000 ਤੋਂ ਲੈ ਕੇ 10,20,000 ਤੱਕ ਮਿਲ ਜਾਂਦੀ ਹੈ ਪੰਜ ਤੁਹਾਨੂੰ ਪੈਟਰੋਲ, ਸੀਐਨਜੀ ਔਰ ਈਵੀ ਦੇ ਵਿੱਚ ਮਿਲ ਜਾਂਦੀ ਹੈ ਪੈਟਰੋਲ ਦਾ ਵੀ ਫੇਸ ਲਿਫਟ ਜਲਦੀ ਆ ਸਕਦਾ ਸੋ ਦੋਸਤੋ ਇਹ ਸੀਗੀਆਂ ਟੌਪ 25 ਕਾਰਾਂ ਜਿਹੜੀਆਂ ਮਾਰਚ 2024 ਦੇ ਵਿੱਚ ਟੌਪ ਤੇ ਰਹੀਆਂ ਨੇ ਸੋ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਟੌਪ 25 ਐਸਯੂਵੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਧੰਨਵਾਦ